ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਦੇ ਅਧੀਨ ਆਉਂਦੇ ਇਲਾਕਾ ਜਵਾਹਰ ਨਗਰ ਬਟਾਲਾ ਰੋਡ ਵਿਖੇ ਪੁਰਾਣੇ ਰੰਜਿਸ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਧਿਰਾਂ ਦੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਦਿੰਦੇ ਹੋਏ ਮਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਉਹ ਨਜ਼ਦੀਕ ਹੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਕਿ ਘਰ ਤੋਂ ਥੋੜੀ ਹੀ ਦੂਰੀ ਤੇ ਇਲਾਕੇ ਵਿੱਚ ਰਹਿਣ ਵਾਲੇ ਸੋਢੀ ਮਨਪ੍ਰੀਤ ਸਿੰਘ ਤੇ ਰਣਜੀਤ ਸਿੰਘ ਗਲੀ ਵਿੱਚ ਖੜੇ ਸਨ, ਜਿਨ੍ਹਾਂ ਨੇ ਉਸ ਨੂੰ ਰਸਤੇ ਵਿੱਚ ਹੀ ਰੋਕ ਲਿਆ ਤੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਦੀ ਇਹ ਬਹਿਸ ਗਾਲੀ ਗਲੋਚ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਉਹ ਆਪਣੇ ਘਰ ਆ ਗਿਆ। ਉਹਨਾਂ ਦੱਸਿਆ ਕਿ ਉਹ ਕੁਝ ਸਮੇਂ ਬਾਅਦ ਹੀ ਉਕਤ ਨੌਜਵਾਨ ਹਥਿਆਰਾਂ ਨਾਲ ਲੈਸ ਆਪਣੇ 20 ਦੇ ਕਰੀਬ ਸਾਥੀਆਂ ਨਾਲ ਉਹਨਾਂ ਦੇ ਘਰ ਆ ਗਏ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉੱਥੇ ਹੀ ਉਸਨੇ ਕਿਹਾ ਕਿ ਹਮਲੇ ਦੀ ਸਾਰੀ ਘਟਨਾ ਨਜ਼ਦੀਕ ਦੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ, ਜਿਸ ਬਾਰੇ ਉਹਨਾਂ ਪੁਲਿਸ ਨੂੰ ਦੱਸਿਆ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਹਮਲਾਵਾਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਮਨੀਸ਼ ਕੁਮਾਰ ਸ਼ਰਮਾ ਜੀ, ਸਰ ਮੈਂ ਜਵਾਹਰ ਨਗਰ 'ਚ ਰਹਿੰਦਾ ਜੀ। ਕੀ ਮਸਲਾ ਹੈ? ਮਸਲਾ ਸਰ ਕੁਛ ਵੀ ਨਹੀਂ ਸੀ ਸਰ, ਪੁਰਾਣੀ ਖੁੰਦਕ ਹੈਗੀ ਸੀ ਇਹਨਾਂ ਦੇ ਨਾਲ। ਕਿਹਨਾਂ ਨਾਲ? ਆ ਸੋਢੀ ਉਹਨਾਂ ਦੇ ਨਾਲ, ਇਹਨਾਂ ਨੇ ਸਾਡੇ ਨਾਲ ਪੁਰਾਣੀ ਖੁੰਦਕ ਹੀ ਇਹਨਾਂ ਨੇ ਸਾਡੇ ਨਾਲ ਖੁੰਦਕ ਕੱਢੀ ਜੀ। ਸਰ ਕੁਛ ਨਹੀਂ, ਆ ਘਰੋਂ ਮੈਂ 9 ਵਜੇ ਨਾ ਘਰੋਂ ਬਾਹਰ ਨਿਕਲਿਆ ਜੀ, 9:00 ਤੇ ਜੀ ਮੈਂ ਘਰੋਂ ਬਾਹਰ ਨਿਕਲ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਅਤੇ ਇਹਨਾਂ ਨੇ ਵਿੱਚ ਮੈਨੂੰ ਖਿਲਾਰ ਕੇ ਕਹਿੰਦੇ ਆ ਕਿ ਤੇਰੇ ਨਾਲ ਤੈਨੂੰ ਵੇਖਣਾ ਵਾ ਜੀ, ਇਹ ਗੱਲ ਹੋਈ ਜੀ। ਫਿਰ ਇਹਨਾਂ ਨੇ ਕੁਛ ਸਮੇਂ ਬਾਅਦ ਇਹਨਾਂ ਨੇ ਮੁੰਡੇ ਇਕੱਠੇ ਕੀਤੇ ਜੀ, ਮੁੰਡੇ ਇਕੱਠੇ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਸਾਡੇ ਦੇ ਸਾਰੇ ਪਰਿਵਾਰਾਂ 'ਤੇ ਇਹਨਾਂ ਨੇ ਹਮਲਾ ਕੀਤਾ ਜੀ। ਕਿੰਨੇ ਬੰਦੇ? ਸਾਰੇ 25 ਤੋਂ ਲੈ ਕੇ 30 ਜਾਣੇ ਜਾਣੇ ਸੀ। ਕਿਹੜੇ ਹਥਿਆਰ? ਸਰ ਹਥਿਆਰ ਉਹਨਾਂ ਕੋਲ ਬੇਸਬੋਲ ਹੀ, ਕਿਰਪਾਨਾਂ ਸੀ, ਦਾਤਰ ਸੀ, ਹੋਰ ਵੀ ਕੁਛ ਹੈਗੇ ਸੀ ਇਹਨਾਂ ਕੋਲ। ਸਰ ਕੱਛ ਸੱਟ ਮੇਰੇ ਹੱਥ 'ਤੇ ਲੱਗੀ ਹੈ, ਬਾਹਾਂ 'ਤੇ ਲੱਗੀਆਂ ਜੀ, ਸਿਰ 'ਤੇ ਲੱਗੀ ਜੀ। ਹੋਰ ਸਰ ਇਹਨਾਂ ਨੇ ਮੇਰੇ ਆਪਣੇ ਭਾਬੀਆਂ ਦੇ ਭਾਬੀ ਦੇ ਘਰੇ ਦੇ ਆਣ ਕੇ ਇਹਨਾਂ ਨੇ ਹਮਲਾ ਕੀਤਾ, ਇਹਨਾਂ ਨੇ ਇੱਜ਼ਤ ਦੇ ਹੱਥ ਪਾਇਆ, ਕੱਪੜੇ ਪਾੜੇ ਲੋਕਾਂ ਨੂੰ, ਮਤਲਬ ਕਿ ਮੇਰੇ ਮਾਵਾਂ ਨੂੰ ਘੜੀਸਿਆ ਧਰੂਆ, ਮੇਰੇ ਦਾਦੀਆਂ ਨੂੰ ਬਾਹਰ ਗਲੀ 'ਚ ਆਣ ਕੇ ਇਹਨਾਂ ਨੇ ਇੱਦਾਂ ਕੁਛ ਕੀਤਾ ਜੀ। ਪੁਲਿਸ ਨੂੰ ਦੱਸਿਆ? ਹਾਂਜੀ ਪੁਲਿਸ ਨੂੰ ਦੱਸਿਆ ਜੀ, ਪੁਲਿਸ ਆਈ ਵੀ ਸੀ ਮੌਕੇ 'ਤੇ, ਜਦੋਂ ਮੌਕੇ 'ਤੇ ਸਰ ਪੁਲਿਸ ਆਈ ਸੀ ਜਿਹੜੇ ਹੈਗੇ ਸੀ ਉਹ ਭੱਜ ਗਏ ਸੀ। ਸਰ ਅਸੀਂ ਇਹੀ ਚਾਹੁੰਦੇ ਹਾਂ ਕਿ ਜੋ ਸਾਡੇ ਨਾਲ ਹੋਇਆ ਵਾ ਸਾਡੇ ਘਰ ਮਾਂ ਪਿਓ ਨਾਲ ਜਾਂ ਸਾਡੀ ਭਾਬੀ ਨਾਲ, ਸਾਨੂੰ ਇਨਸਾਫ ਚਾਹੀਦਾ ਸਰ। ਸ਼ਰਨ ਕੌਰ ਸਰ, ਮੈਂ ਉੱਥੇ ਲਾਗੇ ਰਹਿੰਦੀ ਹਾਂ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ ਹਾਂ ਮੈਂ, ਅਤੇ ਇਹਨਾਂ ਨੇ ਕੱਲ੍ਹ ਮੇਰੇ ਜਿੱਦਾਂ ਆਪਾਂ ਘਰੋਂ ਬਾਹਰ ਆਉਂਦੇ, ਇਹਨਾਂ ਨੇ ਮੇਰੇ ਜੇਠ ਉੱਤੇ ਅਤੇ ਮੇਰੇ ਹਸਬੈਂਡ ਉੱਤੇ ਕਿਰਪਾਨਾ ਚਲਾਉਣ ਦੀ ਕੋਸ਼ਿਸ਼ ਕੀਤੀ ਆ। ਉੱਥੋਂ 20-25 ਜਾਣੇ ਸੀਗੇ, ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਸੀਗੀ ਅਤੇ ਮੇਰੀ ਇੱਜ਼ਤ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਮੇਰੇ ਇੱਥੇ ਪੂਰੀ ਖਰੋਚਾ ਵਗੈਰਾ ਆਈਆਂ, ਕੱਪੜੇ ਤੱਕ ਮੇਰੇ ਪਾੜ ਦਿੱਤੇ ਗਏ ਇਹਨਾਂ ਨੇ, ਅਤੇ ਇਹਨਾਂ ਦੇ ਹੁਣ ਸਾਨੂੰ ਇਨਸਾਫ ਚਾਹੀਦਾ। ਆਪਾਂ ਪੁਲਿਸ ਨੂੰ ਵੀ ਕਹੇ, ਮੌਕੇ 'ਤੇ ਪੁਲਿਸ ਆਈ, ਉਹਨਾਂ ਨੂੰ ਕਹਿੰਦੇ ਸਾਨੂੰ ਅੱਧਾ ਘੰਟਾ ਦਿਓ, ਅਸੀਂ ਫਿਰ ਇਹਨਾਂ ਨੂੰ ਤੁਹਾਨੂੰ ਬੁਲਾਵਾਂਗੇ, ਕਿ ਮੇਰੇ ਕਹਿੰਦੇ ਉਹਨਾਂ ਨੇ ਪੂਰੀ ਰੰਜਿਸ਼ ਸਾਡੇ ਨਾਲ ਕੱਢੀ, 20-25 ਜਣੇ ਪੂਰੀ ਪਲੈਨਿੰਗ ਨਾਲ ਬਣਾ ਕੇ ਰੱਖੇ ਸੀ। ਸਰ ਸੋਢੀ ਸਿੰਘ ਹੀ, ਮਨਪ੍ਰੀਤ ਸਿੰਘ ਹੀ, ਚੋਚੋ ਹੀ, ਬਿਲਾਬਾਟ ਸੀ, ਰਣਜੀਤ ਸਿੰਘ ਸੀ, ਅਤੇ ਬਸ ਸਰ ਆਏ ਬਾਕੀਆਂ ਦੇ ਅਨਪਛਾਤ ਤੇ ਬੰਦੇ, ਸਾਨੂੰ ਪਤਾ ਨਹੀਂ, ਅਣਜਾਣ ਹੀ ਬੰਦੇ ਸੀਗੇ। ਸਰ ਉਹਨਾਂ ਕੋਲ ਗੰਡਾਸੇ ਸੀਗੇ, ਤਲਵਾਰਾਂ ਸੀਗੀਆਂ ਅਤੇ ਡੰਡੇ ਸੀਗੇ, ਪਤਾ ਨਹੀਂ ਕੀ ਕੁਛ ਲੈ ਕੇ ਆਏ ਸੀ। ਸਰ ਮੇਰੇ ਇੱਥੇ ਖਰੋਚਾ ਖਰੁਚਾਈਆਂ, ਮੇਰੇ ਇੱਥੇ ਕੱਪੜੇ ਪਾੜਦੇ ਕਿ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ, ਅਤੇ ਮੇਰਾ ਪਾਰਲਰ ਸਾਰਾ ਉਹਨਾਂ ਨੇ ਖਰਾਬ ਕਰ ਦਿੱਤਾ, ਵੱਟੇ ਮਾਰ ਮਾਰ ਕੇ ਸਾਡੇ ਇੱਥੇ ਕਿਰਪਾਨਾਂ ਚਲਾਈਆਂ ਬੂਹੇ ਅੱਗੇ। ਹਾਂਜੀ ਸਰ, ਪੁਲਿਸ ਨੂੰ ਦੱਸਿਆ, ਮੌਕੇ 'ਤੇ ਪੁਲਿਸ ਆਈ ਹੈ, ਉਹਨਾਂ ਨੇ ਸਾਡੇ ਸਾਰੇ ਬਿਆਨ ਲਿਖੇ ਗਏ ਆ, ਅਤੇ ਸਾਨੂੰ ਇਨਸਾਫ ਚਾਹੀਦਾ। ਸੋਢੀ ਜੀ, ਕੀ ਮਸਲਾ ਹੈ, ਜਿਹੜੇ ਇਲਜ਼ਾਮ ਲਾ ਰਹੇ ਤੁਹਾਡੇ ਲਈ? ਭਾਅ ਜੀ ਉਹ ਦਰਅਸਲ ਝੂਠ ਨੇ, ਉਹ ਮੁੰਡਾ ਥੋੜ੍ਹੇ ਦਿਨ ਹੋਏ ਆ ਚੋਰੀ ਦੇ ਕੇਸ 'ਚੋਂ ਬਾਹਰ ਆਇਆ ਜੀ, ਮਹੱਲੇਦਾਰੀ ਜੋ ਕਿਸੇ ਨੂੰ ਬੁਲਾਉਂਦਾ ਨਹੀਂ ਜੇ, ਉਹ ਐਸੇ ਹੀ ਬਸ ਤੈਸ਼ ਹੋ ਜਾ ਕੇ ਉਹਨਾਂ ਲੜਾਈ ਕੀਤੀ। ਅਸੀਂ ਆਪਣੇ ਚੌਂ 'ਚ ਖਲੋਤੇ ਹਾਂ, ਉਹਦੀ ਸੱਸ ਸਾਹਿਲ ਬਾਹਮਣ, ਉਹਦਾ ਭਰਾ ਮਨੀਸ਼ ਤਾਰੀ ਅਤੇ ਸ਼ੀਲੂ ਮੁੰਡਾ, ਨਾਲ ਲਵ ਹੀ ਮੁੰਡਾ, ਨਾਲ ਭੂਤ ਹੀ, ਅੱਜੂ ਹੀ, ਇਹ ਸਾਰੇ ਇੱਕਦਮ ਘਰੋਂ ਨਿਕਲ ਕੇ ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ। ਅਸੀਂ ਡੇਲੀ ਰੂਟੀਨ ਤਰ੍ਹਾਂ ਉੱਥੇ ਖੜੀ ਦਾ ਚੌਂਕ 'ਚ ਸਾਡੀ ਲੇਡੀਜ਼ ਦੇ ਵੀ ਭਾਅ ਜੀ, ਲੇਡੀਜ਼ ਨਾਲ ਕੋਈ ਹੱਥੋਂ ਪਾਈ ਨਹੀਂ ਹੋਈ ਹੈ, ਉੱਥੇ ਕੈਮਰੇ ਲੱਗੇ ਘਰ ਦੇ ਬਾਹਰ ਹੀ, ਉਹਦੀ ਚੈੱਕ ਕਰ ਸਕਦੇ। ਕੀ ਮਾਮਲਾ? ਮਾਮਲਾ ਭਾਅ ਜੀ ਕੁਛ ਨਹੀਂ, ਬਸ ਉਹ ਜੇਲ੍ਹ 'ਚ ਗਿਆ ਸੀ ਚੋਰੀ ਦੇ ਕੇਸ 'ਚ, ਪਹਿਲਾਂ ਵੀ ਕਿਤੇ ਚੋਰੀਆਂ ਚਾਰੀਆਂ ਕਰਦਾ ਰਿਹਾ, ਅਤੇ ਹੁਣ ਬਾਹਰ ਆਇਆ, ਉਹਨੂੰ ਕੋਈ ਬੁਲਾਉਂਦਾ ਨਹੀਂ ਸੀ, ਬਸ ਉਹ ਇਸੇ ਗੁੱਸੇ ਵਿੱਚ ਆਪਣੇ ਨਾਲ ਖੁੰਦਕ ਰੱਖਦਾ ਸੀ। ਅਤੇ ਤੁਸੀਂ ਹੁਣ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਕਿ ਤੁਹਾਡੇ ਮੁੰਡੇ ਦੇ ਸੱਟਾਂ ਪੁੱਟਾਂ ਲੱਗ ਜਾਂਦੇ ਨੇ? ਆਪਣੇ ਮੁੰਡੇ ਦੇ ਸੱਟ ਲੱਗੀ ਹੈ ਜੀ, ਉਹ ਜਿਹੜਾ ਕੇਸ ਪਰਚਾ ਕਰਵਾ ਰਹੇ ਨੇ ਉਹ ਝੂਠ ਆ, ਉਹਨਾਂ ਨੇ ਦੇਖੋ ਹਮਲਾ ਕੀਤਾ ਵਾ ਜਿਹੜਾ ਕਿ ਸਾਫ਼ ਦਿਖਾਈ ਦੇ ਰਿਹਾ, ਉਹਨਾਂ ਦੇ ਕਿਸੇ ਦੇ ਸੱਟ ਨਹੀਂ ਲੱਗੀ। ਤੁਹਾਨੂੰ ਕੋਈ ਫੇਸਬੁੱਕ 'ਤੇ ਧਮਕੀਆਂ ਵੀ ਲਾ ਰਿਹਾ? ਫੇਸਬੁੱਕ 'ਤੇ ਸਾਨੂੰ ਧਮਕੀਆਂ ਲਾ ਰਿਹਾ ਜੀ, ਸੋਸ਼ਲ ਮੀਡੀਆ 'ਤੇ, ਨਾਲ ਆਪਣੀਆਂ ਪਿਸਤੌਲ ਵਾਲੀ ਫੋਟੋਆਂ ਪਾ ਰਿਹਾ, ਸਾਨੂੰ ਧਮਕੀਆਂ ਲਾ ਰਿਹਾ ਵੀ ਮੈਂ ਗੋਲੀ ਮਾਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਕੌਣ ਲਾ ਰਿਹਾ ਤੁਹਾਨੂੰ? ਸਾਹਿਲ ਬਾਹਮਣ। ਕੀ ਪ੍ਰਸ਼ਾਸਨ ਕੋਲ ਇਹੀ ਚਾਹੁੰਦੇ ਆ ਵੀ ਮੇਰੇ ਕੋਲ ਉਹਦੀਆਂ ਸਨੈਪਸ ਵੀ ਹੈਗੀਆਂ ਵਾ ਜਿਹੜੀਆਂ ਉਹਨੇ ਫੋਟੋਆਂ ਪਾਈਆਂ ਹੋਈਆਂ, ਮੇਰੇ ਕੋਲ ਫੋਨ 'ਤੇ ਹੈਗੀਆਂ, ਉਹ ਮੈਂ ਪ੍ਰਸ਼ਾਸਨ ਨੂੰ ਦੇਵਾਂਗਾ।
ਉੱਥੇ ਜਦੋਂ ਇਸ ਸੰਬੰਧੀ ਦੂਜੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਸੋਢੀ ਨਾਮਕ ਨੌਜਵਾਨ ਨੇ ਮਨੀਸ਼ ਕੁਮਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਕਿਸੇ ਦੇ ਘਰੇ ਕੋਈ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਕੁੱਟਮਾਰ ਕੀਤੀ ਹੈ, ਬਲਕਿ ਮਨੀਸ਼ ਕੁਮਾਰ ਵੱਲੋਂ ਪਰਿਵਾਰਕ ਮੈਂਬਰਾਂ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਹਨਾਂ ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਸਿਰ ਵਿੱਚ ਸੱਟ ਲੱਗਣ ਕਰਕੇ ਉਹਨਾਂ ਦਾ ਦੋਸਤ ਰਣਜੀਤ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਗੁਰੂ ਨਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਕਤ ਲੋਕ ਫੇਸਬੁੱਕ ਰਾਹੀਂ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ। ਇਸ ਸੰਬੰਧੀ ਜਦ ASI ਗੁਰਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ CCTV ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਤ ਕਰੀਬ 10 ਵਜੇ ਝਗੜਾ ਹੋਇਆ, ਮਨੀਸ਼ ਕੁਮਾਰ ਸਾਹਿਲ, ਉਹਨਾਂ ਦੂਜੀ ਪਾਰਟੀ ਕੋਈ ਸੋਢੀ ਵਗੈਰਾ ਹੈਗੇ ਨੇ, ਉਸ ਸੰਬੰਧ 'ਚ ਦੋਨਾਂ ਧਿਰਾਂ ਦੇ ਕੁਛ ਸੱਟਾਂ ਲੱਗੀਆਂ ਨੇ ਅਤੇ ਦੋਵਾਂ ਪਾਰਟੀ ਨੂੰ ਮੈਡੀਕਲ ਕਰਾਉਣ ਵਾਸਤੇ ਡਾਕਟਰ ਕੱਟ ਕੇ ਦਿੱਤਾ ਗਿਆ ਅਤੇ ਉਹਦੀ ਮੈਡੀਕਲ ਰਿਪੋਰਟ ਨਹੀਂ ਆਈ ਅਤੇ ਉਹਦੇ ਆਉਣ ਤੋਂ ਬਾਅਦ ਜੈਸੀ ਜੋ ਵੀ ਸਹੀ ਹੋਏਗਾ ਕਾਨੂੰਨ ਤਾਂ ਕਾਰਵਾਈ ਕੀਤੀ ਜਾਵੇ। CCTV ਵੀਡੀਓ ਦਾ ਇੱਕ CCTV ਉਹਨਾਂ ਨੇ ਦਿਖਾਈ ਆ, ਉਹਨੂੰ ਚੈੱਕ ਕਰ ਰਹੇ ਹਾਂ, ਪੜਤਾਲ ਕਰ ਰਹੇ ਹਾਂ, ਉਹਦੇ ਮੁਤਾਬਕ ਜੋ ਹੋਏਗਾ ਕੀਤਾ ਜਾਏਗਾ। ਸਟਾਰ ਕੈਨੇਡਾ TV ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਦੀ ਰਿਪੋਰਟ।